ਨਮਸਕਾਰ ਖਬਰਾਂ ਦੇਸ਼ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਪਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਕਸ ਹਮੇਸ਼ਾ ਹੀ ਪਿੰਡ ਗਰੀਬ ਅਤੇ ਖੇਤੀ ਰਿਹਾਈ ਅਤੇ ਪਿਛਲੇ 6 ਸਾਲਾਂ ਦੌਰਾਨ ਖੇਤੀਬਾੜੀ ਤੇ ਬਹੁਤ ਘੱਟ ਹੋਇਆ ਹੈ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 1.5 ਲੱਖ ਕਰੋੜ ਦੇ ਆਤਮ ਨਿਰਭਰ ਪੈਕੇਜ ਦਾ ਲਾਭ ਖੇਤੀਬਾੜੀ ਨੂੰ ਵੀ ਮਿਲੇਗਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ 5 ਸਾਲ ਪੂਰੇ ਹੋਣ ਤੇ ਨਰਿੰਦਰ ਸਿੰਘ ਤੋਮਰ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਅਨਾਜ ਦੇ ਮਾਮਲੇ ਦੇ ਵਿੱਚ ਭਾਰਤ ਅੱਜ ਸਮਰਿੱਧ ਹੈ ਉਨ੍ਹਾਂ ਕਿਹਾ ਕਿ ਚਿੰਤਾ ਉਤਪਾਦਨ ਦੀ ਨਹੀਂ ਸਗੋ ਸਹੀ ਪ੍ਰਬੰਧਨ ਦੀ ਹੈ ਖੇਤੀਮੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਦੇਸ਼ ਦੇ ਕਿਸਾਨਾਂ ਦੇ ਲਈ ਕਵਚ ਦਾ ਕੰਮ ਕੀਤਾ। ਉਹਨਾਂ ਕਿਹਾ ਕਿ ਖੇਤੀ ਨੂੰ ਹਮੇਸ਼ਾ ਹੀ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਦਰਤੀ ਆਫਤਾਂ ਕਾਰਨ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਸੀ ਪਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਨਾਲ ਹੁਣ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋ ਜਾਂਦੀ ਹੈ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ 2019 ਤੱਕ ਕਿਸਾਨਾਂ ਦਾ 16000 ਕਰੋੜ ਰੁਪਏ ਪ੍ਰੀਮੀਅਮ ਦੇ ਰੂਪ ਦੇ ਵਿੱਚ ਜਮ੍ਹਾਂ ਹੋਇਆ ਤੇ 86000 ਕਰੋੜ ਰੁਪਏ ਦੀ ਨੁਕਸਾਨ ਦੀ ਵਰਪਾਈ ਕੀਤੀ ਗਈ ਹੈ। 16 ਜਨਵਰੀ ਨੂੰ ਭਾਰਤ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਕਰੋਨਾ ਵੈਕਸੀਨ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀਆਂ ਵੱਡੇ ਪੈਮਾਨੇ ਤੇ ਤਿਆਰੀਆਂ ਚੱਲ ਰਹੀ ਹੈ ਇਹ ਉਹ ਇਤਿਹਾਸਿਕ ਦਿਨ ਹੋਵੇਗਾ ਜਦ ਦੁਨੀਆ ਭਾਰਤ ਦੀ ਕਰੋਨਾ ਵਿਰੁੱਧ ਫੈਸਲਾਕੁਨ ਲੜਾਈ ਦੀ ਗਵਾ ਬਣੇਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਦਿੱਲੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ ਜਿੱਥੇ ਸਾਲ 2020 ਕਰੋਨਾ ਦੇ ਤੇਜ਼ ਫੈਲਾਅ ਤੇ ਲਾਕਡਾਊਨ ਕਾਰਨ ਆਰਥਿਕ ਮੰਦੀ ਦੇ ਸਾਲ ਵਜੋਂ ਜਾਣਿਆ ਜਾਵੇਗਾ ਉੱਥੇ ਸਾਲ 2021 ਕਰੋਨਾ ਤੋਂ ਨੇ ਜਾਤ ਦਾ ਸਾਲ ਹੋ ਨਿਬੜੇਗਾ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਮੇਂ ਸਿਰੋਮ ਇੰਸਟੀਚਿਊਟ ਆਫ ਇੰਡੀਆ ਪੂਨੇ ਦੇ ਵਿੱਚ ਬਣੀ ਕੋਵਿਡ ਸ਼ੀਲਡ ਅਤੇ ਭਾਰਤ ਬਾਇਓਟੈਕ ਹైదరాబాద్ ਦੇ ਵਿੱਚ ਤਿਆਰ ਹੋਈ ਕੋਵੈਕਸਿਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਪਹੁੰਚਣ ਦਾ ਸੰਸਲਾ ਜਾਰੀ ਹੈ ਮੁੰਬਈ ਦੇ ਚਤਰਪਤੀ ਸ਼ਿਵਾਜੀ ਮਹਾਰਾਜ ਕੁਮੰਤਰੀ ਹਵਾਈ ਅੱਡੇ ਤੋਂ ਦੇਸ਼ ਦੀ ਵੱਖ-ਵੱਖ 22 ਟਿਕਾਣਿਆਂ ਦੇ ਲਈ ਅੱਜ ਕੋਵਿਡ ਸ਼ੀਲਡ ਵੈਕਸੀਨ ਰਵਾਨਾ ਕੀਤੀ ਗਈ ਹਵਾਈ ਅੱਡੇ ਦੀ ਪ੍ਰਬੰਧਕਾਂ ਅਨੁਸਾਰ ਕੋਵਿਡ ਸ਼ੀਲਡ ਦੀ खेਪ ਅੱਜ ਤੜਕੇ 5:20 ਮਿੰਟ ਤੇ ਗੁਆ ਅਤੇ 6 ਵਜੇ ਰਾਜਕੋਟ ਤੇ ਲਈ ਰਵਾਨਾ ਹੋਈ ਵੱਖ-ਵੱਖ ਸੂਬਿਆਂ ਵੱਲੋਂ ਇਸ ਸੰਬੰਧੀ ਵੱਡੇ ਪੱਧਰ 'ਤੇ ਤਿਆਰੀਆਂ ਕੀ ਦੀਆਂ ਗਈਆਂ ਨੇ ਵੈਕਸੀਨ ਨੂੰ ਵਕ ਵਕ ਥਾਂਇਂ ਸਥਾਪਿਤ ਕੀਤੇ ਗਏ ਕੋਲਡ ਸਟੋਰਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਇੰਨੀ ਦਿਨੀ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਰੋਨਾ ਵੈਕਸੀਨ ਦਾ ਪਹੁੰਚਣਾ ਜਾ ਰਿਹਾ ਹੈ ਪ੍ਰਸਾਰ ਭਾਰਤੀ ਦੇ ਬਠਿੰਡਾ ਸਥਿਤ ਨੁਮਾਇंदे ਨੇ ਦੱਸਿਆ ਹੈ ਕਿ ਬਠਿੰਡਾ ਦੇ ਵਿੱਚ ਅੱਜ ਕਰੋਨਾ ਵੈਕਸੀਨ ਪਹੁੰਚੀ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਵੀ ਅੱਜ ਕਰੋਨਾ ਵੈਕਸੀਨ ਪਹੁੰਚਣ ਦੀਆਂ ਰਿਪੋਰਟਾਂ ਨੇ ਉਤਰੀ ਪਾਰਸ ਵਿੱਚ ਦੇਸ਼ਪਾਰ ਦੇ ਵਿੱਚ ਲੋਹੜੀ ਦਾ ਤਿਉਹਾਰ ਅੱਜ ਭਰਪੂਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅੱਜ ਦੇ ਦਿਨ ਵਿਸ਼ੇਸ਼ ਤੌਰ ਤੇ ਤੀਆਂ ਦੀ ਲੋਹੜੀ ਮਨਾਇ ਜਾਂਦੀ ਹੈ ਇਸ ਤਿਉਹਾਰ ਮੌਕੇ ਲੋਕ ਘਰਾਂ ਦੇ ਵਿੱਚ ਭੁੱਗਾ ਬਾਲ ਕੇ ਮੂੰਗਫਲੀ ਰੋੜੀਆਂ ਤੇ ਮਠਾਈਆਂ ਵੰਡਦੇ ਨੇ ਭੁੱਗੇ ਦੇ ਵਿੱਚ ਤਿਲ ਸੁੱਟ ਕੇ ਇਛਰ ਔਨ ਤੇ ਦਲੇਦਰ ਜਾਨ ਦੀ ਕਾਮਨਾ ਕੀਤੀ ਜਾਂਦੀ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਹੜੀ ਮਕਰ ਸੰਕਰਾਂਤੀ ਤੇ ਪੋਂਗਲ ਦੇ ਤਿਉਹਾਰ ਦੀਆਂ ਤੇ ਸਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ ਰਾਸ਼ਟਰਪਤੀ ਨੇ ਵਧਾਈ ਸੁਨੇਹੇ ਦੇ ਵਿੱਚ ਕਿਹਾ ਹੈ ਕਿ ਮੇਰੀ ਕਾਮਨਾ ਹੈ ਇਨਾਂ ਤਿਉਹਾਰਾਂ ਦੇ ਰਹੀ ਸਾਡੇ ਸਮਾਜ ਦੇ ਵਿੱਚ ਪ੍ਰੇਮ ਸਦਭਾਵਨਾ ਅਤੇ ਸਹਿਯੋਗਤਾ ਦੀ ਸਾਜ ਮਜ਼ਬੂਤ ਹੋਵੇ ਅਤੇ ਦੇਸ਼ ਤਰੱਕੀ ਤੇ ਖੁਸ਼ਹਾਲੀ ਵੱਲ ਵਧੇ ਉਪਰਾਸ਼ਪਤੀ ਐਮਐਨਕੇਐਨ ਆਈਡੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਦੇ ਵਿੱਚ ਨਵੀਂ ਉਮੀਦ ਅਤੇ ਰਿਸ਼ਤਿਆਂ ਦੇ ਵਿੱਚ ਨਿਗਤ ਤੇ ਕਰਾਂ ਦੇ ਵਿੱਚ ਖੁਸ਼ਹਾਲੀ ਲਿਆਵੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਦੇ ਉਪਰਾਲਿਆਂ ਤੇ ਲੋਕਾਂ ਦੇ ਸਹਿਯੋਗ ਸਦਕਾ ਪੰਜਾਬ ਦੇ ਵਿੱਚ ਜਨਮ ਸਮੇਂ ਲਿੰਗ ਅਨੁਪਾਤ ਦਰ ਦੇ ਵਿੱਚ 19 ਅੰਕਾਂ ਦਾ ਸੁਧਾਰ ਹੋਇਆ ਜਿਸ ਦੇ ਨਾਲ ਹੁਣ ਸੂਬੇ ਦੇ ਵਿੱਚ 1000 ਮੁੰਡਿਆਂ ਵਿੱਚ 920 ਕੁੜੀਆਂ ਹੋ ਗਈਆਂ ਨੇ ਜਦ ਕਿ ਇਸ ਸਾਲ 2118-19 ਦੇ ਵਿੱਚ ਸੰਖਿਆ 901 ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਧੀਆਂ ਪ੍ਰਤੀ ਲੋਕਾਂ ਦੀ ਸੋਚ ਦੇ ਵਿੱਚ ਕਾਫੀ ਬਦਲਾ ਆਇਆ ਹੈ ਅੱਜ ਮੁਹਾਲੀ ਦੇ ਵਿੱਚ ਧੀਆਂ ਦੀ ਲੋੜੀ ਸਮਾਗਮ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲ ਦੇ ਵਿੱਚ ਕਰਵਾਇਆ ਅਗੇ ਸੁਪਾ ਪਦ੍ਰਿਸਮਾਗਮ ਦੌਰਾਨ ਸਿਹਤ ਮੰਤਰੀ ਨੇ ਇਹ ਗੱਲ ਕਹੀ ਉਹਨਾਂ ਕਿਹਾ ਕਿ ਇਸ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦਾ ਲੋੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਤਿਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ ਸਿਹਤ ਮੰਤਰੀ ਨੇ ਕਿਹਾ ਕਿ ਤਿਆਂ ਦੀ ਲੋੜੀ ਮਨਾਉਣਾ ਇੱਕ ਸ਼ਲਾਗਾ ਯੋਗ ਕਦਮ ਹੈ ਅਤੇ ਇਸ ਦਿਨ ਹਰ ਇੱਕ ਨੂੰ ਇਹ ਅਹਦ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਕਾਰ ਰਿਸ਼ਤੇਦਾਰੀ ਜਾਂ ਆਲੇ ਦੁਆਲੇ ਤਿਆਂ ਨੂੰ ਕੁੱਖ ਵਿੱਚ ਕਤਲ ਨਹੀਂ ਹੋਣ ਦੇਣਗੇ ਦਸੰਪਿਤਾਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਵਿਖੇ 40 ਮੁਕਤਿਆਂ ਤੇ ਮਾਈ ਪਾਗੋ ਦੀ ਯਾਦ ਦੇ ਵਿੱਚ ਲੱਗਣ ਵਾਲੇ ਸ਼ਹੀਦੀ ਚੋੜ ਮੇਲੇ ਸੰਬੰਧੀ ਗੁਰਦੁਆਰਾ ਸ਼ਹੀਦ ਗੰਸਾਹ ਵਿਖੇ ਆਰੰਭ ਗਏ। ਸ਼੍ਰੀ ਅਕਨਵਾਰ ਸਾਹਿਬ ਦੇ ਭੋਗ ਪਲਕੇ 14 ਜਨਵਰੀ ਨੂੰ ਪੈਣਗੇ। ਇਸ ਸਥਾਨ ਤੇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਤੇ ਨਾਲ ਟੱਕਰ ਲਈ ਸੀ ਅਤੇ ਉਸ ਸਮੇਂ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ 10 ਹਜ਼ਾਰੀ 20 ਹਜ਼ਾਰੀ 30 ਹਜ਼ਾਰੀ ਅਤੇ 50 ਹਜ਼ਾਰੀ ਸਨਮਾਨ ਦੇ ਨਾਲ ਨਵਾਜ਼ਿਆ ਗਿਆ ਸ਼੍ਰੀਨੰਦਪੁਰ ਸਾਹਿਬ ਦੀ ਧਰਤੀ ਤੇ ਬੇਦਾਵਾ ਦੇ ਗਏ ਸਿੰਘਾਂ ਦੇ ਮੁਖ ਜਥੇਦਾਰ ਭਾਈ ਮਹਾ ਸਿੰਘ ਅਤੇ ਮਾਤਾ ਭਾਗਕੌਰ ਨੇ ਖਿਦਰਾਣੀ ਦੀ ਟਾਪ ਜਿਸ ਨੂੰ ਅੱਜਕੱਲ੍ਹ ਸ਼੍ਰੀ ਮੁਕਸਰ ਸਾਹਿਬ ਆਖਿਆ ਜਾਂਦਾ ਹੈ ਅਤੇ ਗੁਰੂ ਜੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਉਸ ਸਮੇਂ ਦਸਮ ਪਾਤਸ਼ਾਹ ਨੇ ਪਾਈ ਮਹਾ ਸਿੰਘ ਜੀ ਵੱਲੋਂ ਲਿਖਿਆ ਬੇਦਾਵਾ ਪਾੜ ਕੇ ਇਨਾ ਸਿੰਘਾਂ ਦੇ ਨਾਲ ਟੁੱਟੀ ਗੰਢੀ ਸੀ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਦਾ ਸਾਥ ਛੱਡ ਗਏ ਸਨ ਇਸ ਸਥਾਨ 'ਤੇ ਅਜਕਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼ਸ਼ੋਭਿਤਾ ਹੈ ਜੰਗ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਅੰਤਿਮ ਸੰਸਕਾਰ ਉਸ ਸਥਾਨ 'ਤੇ ਕੀਤਾ ਗਿਆ ਸੀ ਜਿਸ ਥਾਂ ਇਸ ਸਮੇਂ ਗੁਰਦੁਆਰਾ ਸ਼ਹੀਦ ਗੰਢ ਸਾਹਿਬ ਸ਼ਸ਼ੋਭਿਤਾ ਹੈ ਭਲਕੇ 14 ਜਨਵਰੀ ਨੂੰ ਪਾਰੀ ਗਿਣਤੀ ਦੇ ਵਿੱਚ ਸੰਗਤਾਂ ਇਨਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਸਤਮਤ ਹੋਣਗੀਆਂ ਸੰਗਤਾਂ ਦਾ ਇੱਥੇ ਪਹੁੰਚਣਾ ਅੱਜ ਹੀ ਖੋ ਗਿਆ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ